ਇਹਦੀ ਤਿਆਰੀ ਸਾਰਾ ਸਾਲ ਚੱਲਦੀ ਰਹਿੰਦੀ ਹੈ। ਇੰਨੇ ਚਿੱਟੇ ਘੋੜੇ ਇਹਦੀ ਇਹਨਾਂ ਨੇ 2 ਦਿਨ ਪਹਿਲੇ ਨਵਾਏ ਹੈ। ਘੋੜੇ ਵਾਲਿਆਂ ਦੇ ਘਰੇ ਮੇਲਾ ਲੱਗੇ ਹੀ ਰਹਿੰਦਾ ਘੋੜੇ ਦੇਖਣ ਵਾਲਿਆਂ ਦਾ। ਸੋ ਇਹੋ ਜਿਹੀ ਸ਼ੋਅ ਜਿੰਨੀ ਤਿਆਰੀ ਲੋਕਾਂ ਦੇ ਘਰੇ ਰੋਜ਼ ਹੀ ਹੁੰਦੀ ਹੈ, ਕੋਈ 10-20 ਬੰਦੇ ਰੋਜ਼ ਘੋੜਿਆਂ ਦਾ ਸ਼ੋਅ ਦੇਖਣ ਅਗਲਿਆਂ ਦੇ ਘਰੇ ਜਾਂਦੇ ਤੇ ਤੁਹਾਨੂੰ ਉਹਨਾਂ ਨੂੰ ਜੱਜ ਮੰਨ ਕੇ ਘੋੜਾ ਸ਼ੋਅ ਕਰਨਾ ਪੈਂਦਾ। ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ। ਵੱਡਾ ਦਿਲ ਰੱਖ ਕੇ ਜਿਹੜੀ ਪੁਜੀਸ਼ਨ ਦਿੱਤੀ ਗਈ ਅਗਲਿਆਂ ਨੇ ਅਸੈਪਟ ਕੀਤੀ ਹੈ ਅਤੇ ਮਾਣ ਮਹਿਸੂਸ ਹੋ ਰਿਹਾ ਸਾਨੂੰ ਕਿ ਅਸੀਂ ਇੱਕ ਸਕਸੈਸਫੁਲ ਸ਼ੋਅ ਕਰਾਇਆ ਹੈ। ਮੈਂ ਰਿਕੁਐਸਟ ਕਰੂੰਗਾ ਜੀ ਭਾਈ ਰਾਹੁਲ ਜੀ ਨੂੰ ਅਤੇ ਭੁੱਲਰ ਸਾਹਿਬ ਨੂੰ ਪਲੀਜ਼ ਜੁਆਇਨ ਅਸ ਫੋਰ ਦਾ ਪ੍ਰਾਈਜ਼ ਡਿਸਟ੍ਰੀਬਿਊਸ਼ਨ। ਕਿੱਥੇ ਹੈ ਜੀ ਪਾਬਲੋ ਜੀ? ਬਹੁਤ ਵਧਾਈਆਂ ਜੀ। ਰੋਸ਼ਨ ਕੀਤਾ ਜਾਊਗਾ ਜੀ ਇਹਨੂੰ 10 ਨੰਬਰ ਇਹਨੇ ਸਟਾਫ ਪਾਬਲੋ ਘੋੜੇ ਨੇ 10ਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ। ਨੌਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਘੋੜਾ ਰਣ ਵਿਜੇ। ਉਹਨਾਂ ਨੇ ਜੀ ਅੱਖਾਂ ਸਮਾਜੀ ਲਿਆਓਗੇ ਜੀ 9ਵੀਂ ਪੋਜੀਸ਼ਨ ਰਣ ਵਿਜੇ। ਬਹੁਤ ਮੁਬਾਰਕਾਂ ਨੇ ਜੀ ਤੁਹਾਨੂੰ। ਚੱਲ ਇੰਦਰਾਂ ਤੇ ਲਾ ਤੇ 9ਵੀਂ ਤੋਂ ਅਗਲੀ ਵਾਰੀ ਤੁਸੀਂ ਪਹਿਲੀ ਦੂਜੀ ਦੇ ਕੇ ਜਾਓ। ਬਹੁਤ ਮੁਬਾਰਕ। ਓਵਰਲੈਪ ਕਰਦਾ ਜੀ ਜਗਾਂ ਤੇ ਬਾਈ ਜੀ ਦਾ ਇੱਕ ਵਿਸ਼ੇਰਾ ਵੀ ਆਇਆ ਸੀ ਪੋਜੀਸ਼ਨ ਤੇ ਇਹਨਾਂ ਨੇ ਬੜੀ ਗ੍ਰੇਸ ਨਾਲ ਪ੍ਰਾਈਜ਼ ਲਿਆ ਇਸੇ ਘੋੜੇ ਦਾ। ਹੋ ਬਹੁਤ ਮੁਬਾਰਕ ਹੈ ਜੀ। ਅੱਠਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਸਟੈਲੀਅਨ ਸਵਰਾਜ। ਇਹਨਾਂ ਦਾ ਪਿੰਡ ਹੈ ਜੀ ਸਵਰਾਜ ਵਾਲਾ। ਮੁੜ ਕੇ ਤੂੰ ਹੋਰ ਕਿਤੇ ਨਹੀਂ ਜਾਂਦਾ ਇਹ ਕਰਾਂਗੇ। ਬਹੁਤ ਮੁਬਾਰਕਾਂ ਜੀ। ਅੱਠਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਘੋੜਾ ਸਵਰਾਜ ਮਾਲਕ ਨੇ ਜੀ ਲਾਠੀ ਵਰਤੀ। ਸਵਰਾਜ
ਸਵਰਾਜ ਘੋੜਾ ਪਟਿਆਲੇ ਦੇ ਨੇੜੇ ਪਿੰਡ ਹੈ ਜੀ ਸਾਹਿਬ ਜੀ ਗੁਰ ਉੱਥੋਂ ਦੇ ਰਹਿਣ ਵਾਲੇ ਨੇ ਮਾਲਕ ਦਾ ਨਾਮ ਹੈ ਜੀ ਲਾਗੀ ਗਿਰ ਸੱਤਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਘੋੜਾ ਬਾਦਸ਼ਾਹ ਇਹਦੇ ਵੱਲਰ ਨੇ ਜੀ ਰੋਸ਼ਨ ਸ਼ਰਮਾ ਜੀ ਬਾਦਸ਼ਾਹ ਘੋੜਾ ਰੋਸ਼ਨ ਸ਼ਰਮਾ ਜੀ ਦਾ ਨਾਮ ਹੈ ਜੀ ਹੋ ਗਏ ਜੀ ਸੱਤਵੀਂ ਪੋਜੀਸ਼ਨ ਸਾਰੇ ਘੋੜਿਆਂ ਦਾ ਕੋਈ ਪੁਆਇੰਟ ਵੀ ਫਰਕ ਹੁੰਦਾ ਮਾਲਕ ਦਾ ਨਾਮ ਹੈ ਜੀ ਰੋਸ਼ਨ ਸ਼ਰਮਾ ਜੀ ਜੀ ਪੰਜਾਬ ਆ ਹਲਕਾ ਲੰਬੀ ਦਾ ਪਿੰਡ ਹੈ ਜੀ ਇਹ ਰੋਸ਼ਨ ਸ਼ਰਮਾ ਜੀ ਦਾ ਨਾਮ ਛੇਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਘੋੜਾ ਰਾਜ ਰੂਪ ਮਾਲਕ ਨੇ ਜੀ ਸੁਖਬੀਰ ਸਿੰਘ ਚੱਠਾ ਜੀ ਤਲਵੰਡੀ ਸਾਬਤ ਬਹੁਤ ਮੁਬਾਰਕ ਜੀ ਸਾਹਿਬ ਬਾਹਰ ਨਾ ਖੜੋ ਜੇ ਤੁਸੀਂ ਦਿਖੇ ਸੀ ਪਹਿਲਾਂ ਮੈਨੂੰ ਕਿੱਥੇ ਵੀ ਜਵਾਬ ਆਉਂਦੇ ਇੱਕ ਵਾਰੀ ਸੁਖਬੀਰ ਚੱਠਾ ਜੀ ਨੇ ਤੁਸੀਂ ਆਵਾਜ਼ ਸੁਣਦੇ ਰਿੰਗ ਦਰਸ਼ਨ ਦਿਓ ਜੀ ਅੱਗੇ ਵਾਲ ਕੋਲੇ ਲੈ ਕੇ ਆਓ ਜੀ ਆ ਲਾ ਲਓ ਪਹਿਲਾਂ ਇੱਕ ਬੰਦੇ ਨੂੰ ਹੱਥ ਫੇਰ ਕੇ ਘੋੜਿਆਂ ਨੂੰ ਹਲੇ ਬਾਹਰ ਨਾ ਲਿਜਾਇਓ ਜੀ ਇੱਕ ਵਿਕਟਰੀ ਲੈਬ ਜਿੱਥੇ ਹੋਏ ਘੋੜਿਆਂ ਦਾ ਗੇੜਾ ਜਾਣਾ ਪਾਵਾਂਗੇ
ਖੱਟਾ ਸਾਹਿਬ ਬਹੁਤ ਵਧਾਈਆਂ ਜੀ ਇਹਨਾਂ ਨੂੰ। ਇਹ ਬਾਈ ਜੀ ਇੱਕ ਕਮੇਟੀ ਹੈ ਜਿਹੜੀ ਤਲੁੰਡੀ ਸਾਬੋ ਵਿਖੇ ਘੋੜਿਆਂ ਦਾ ਮੇਲਾ ਵੀ ਲਾਉਂਦੇ ਆ। ਬਹੁਤ ਚੰਗੀ ਕੋਸ਼ਿਸ਼ ਜੀ। ਪੰਜਵੀਂ ਪੁਜੀਸ਼ਨ ਹਾਸਲ ਕੀਤੀ ਹੈ ਜੀ ਘੋੜਾ ਫਤਿਹ। ਫਤਿਹ ਨੂੰ ਅੱਗੇ ਲਿਆਓ ਜੀ। ਮਾਲਕ ਦਾ ਨਾਮ ਹੈ ਬਾਈ ਪਿੰਡਾ ਜੀ, ਗੰਗਾ ਨਗਰ ਮਟੀਲੀ ਏਰੀਆ ਜਿਹਨਾਂ ਦਾ ਪਿੰਡ ਹੈ। ਬੁੱਧਰ ਵਾਲੀ ਇਹਨਾਂ ਦਾ ਪਿੰਡ ਹੈ ਜੀ। ਇਹਨਾਂ ਕੋਲ ਇੱਕ ਮਾਰਵਾੜੀ ਘੋੜਾ ਵੀ ਬਹੁਤ ਖੂਬਸੂਰਤ ਹੈ, ਦਾਨੇ ਘੋੜੇ ਦਾ ਬੱਚਾ। ਫਤਿਹ ਘੋੜਾ ਬਾਈ ਪਿੰਡਾ ਜੀ ਦਾ ਪਿੰਡ ਬੁੱਧਰ ਵਾਲੀ। ਜਿਹੜੇ ਘੋੜੇ ਦਾ ਬੱਚਾ ਹੁੰਦਾ ਜਾਂ ਪੋਟਾ ਹੁੰਦਾ ਉਹ ਖੁਸ਼ੀ ਮਗਰ ਦਾ ਸਾਰਿਆਂ ਨੂੰ ਹੁੰਦੀ ਹੈ। ਜਿਹਨਾਂ ਦੇ ਘੋੜਿਆਂ ਦਾ ਨਾਂ ਵਿੱਚ ਬੋਲ ਹੈ ਬਲੱਡ ਲਾਈਨ, ਉਹ ਸਾਰਿਆਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਅਤੇ ਜਿਹੜੇ ਪਿੰਡ ਤੋਂ ਘੋੜਾ ਜਿੱਤ ਕੇ ਜਾਂਦਾ ਉਸ ਪਿੰਡ ਦੇ ਲੋਕ ਵੀ ਬੜਾ ਮਾਣ ਮਹਿਸੂਸ ਕਰਦੇ ਹਨ। ਚੌਥੀ ਪੁਜੀਸ਼ਨ ਵਾਈਟ ਕੋਬਰਾ। ਮਾਲਕ ਦਾ ਨਾਂ ਹੈ ਜੀ ਲਾਟੀ ਸੇਖੋ ਜੀ, ਪਿੰਡ ਇਹਨਾਂ ਦਾ ਰਲੀ ਹੈ। ਪਹਿਲਾਂ ਲਾਟੀ ਬਾਈ ਜੀ ਕੁੱਤਿਆਂ ਦੀ ਬਰੀਡਿੰਗ ਬਹੁਤ ਨਾਮ ਕਮਾਇਆ ਇਹਨਾਂ ਨੇ, ਹੁਣ ਘੋੜਿਆਂ ਚਾ ਕੇ ਵੀ ਮੱਲਾਂ ਮਾਰ ਰਹੇ ਨੇ। ਸਹੀ ਗੱਲ ਹੋ ਗਈ ਨਾ, ਤੀਜਾ ਲੱਗੇ ਮੁਬਾਰਕਾਂ ਵੀ ਲੱਗੇ। ਬਹੁਤ ਮੁਬਾਰਕਾਂ ਜੀ। ਤੀਜੀ ਪੁਜੀਸ਼ਨ ਹਾਸਲ ਕੀਤੀ ਹੈ ਜੀ ਘੋੜਾ ਸ਼ਕਤੀ ਤੇ ਬਾਈ ਰਾਜਾ ਜੀ ਸ਼ਕਤੀ ਘੋੜਾ। ਬਾਈ ਰਾਜਾ ਜੀ ਸੁਣਦੇ ਹੋ ਕਿਤੇ ਨੇੜੇ ਤੇੜੇ ਦਾ ਛਾਲ ਮਾਰ ਕੇ ਇਹ ਘੋੜਾ ਪਹਿਲਾਂ ਵੀ ਕਈ ਸ਼ੋਅ ਦਾ ਚੈਂਪੀਅਨ ਬਣੇ ਹੈ, ਬਟ
ਪੋਜੀਸ਼ਨ ਆ ਕੇ ਪਿੱਛੇ ਹੁੰਦੀਆਂ ਰਹਿੰਦੀਆਂ ਅਤੇ ਬੰਦਿਆਂ ਨੂੰ ਹੌਸਲਾ ਹਾਰਨਾ ਨਹੀਂ ਚਾਹੀਦਾ ਅਤੇ ਬਹੁਤੇ ਘੋੜਿਆਂ ਦੇ ਹੌਸਲਾ ਹਾਰਦੇ ਹੀ ਨਹੀਂ ਡੋਲਦੇ ਹੋਏ ਭਾਈ ਰਾਜਾ ਬਹੁਤ ਬਹੁਤ ਮੁਬਾਰਕਾਂ ਰਾਜਾ ਬਾਈ ਜੀ ਟੀਚਿੰਗ ਪੁਜੀਸ਼ਨ ਲਈ ਇੱਕ ਟਰੋਫੀ ਕੈਸ਼ ਪ੍ਰਾਈਜ਼ ਸਰਟੀਫਿਕੇਟ ਅਤੇ ਇੱਕ ਚਾਂਦੀ ਦਾ ਜਿਹੜਾ ਮੈਡਲ ਹੈ ਉਹ ਦਿੱਤਾ ਜਾ ਰਿਹਾ ਚਾਂਦੀ ਖਾਂਦੇ ਆ ਕੋਈ ਬਾਈ ਜੀ ਅੰਦਰ ਗੇੜਾ ਜ਼ਰੂਰ ਲਾਵਾਂਗੇ ਸਾਰੇ ਘੋੜਿਆਂ ਦਾ ਦੂਜੀ ਪੋਜੀਸ਼ਨ ਘੋੜਾ ਹੀਰਾ ਮਾਲਕ ਦਾ ਨਾਮ ਹੈ ਜੀ ਇੰਦਰ ਤੋਂ ਪਿੰਡ ਸਾਹਿਬਿਆਣਾ ਜ਼ਿਲ੍ਹਾ ਲੁਧਿਆਣਾ ਇਹਤੋਂ ਬਾਅਦ ਮੁਕਾਬਲਾ ਹੋਣਾ ਹੈ ਦੋ ਦੰਦ ਮਾਰਵਾੜੀ ਵਿਸ਼ੇਰੀਆਂ ਦਾ ਜਿਹਨੇ ਐਂਟਰੀ ਨਹੀਂ ਕਰਾਈ ਕਰਾ ਲਓ ਬਾਈ ਜੀ ਅਸੀਂ 20 ਮਿੰਟ ਦੇ ਵਿੱਚ ਵਿੱਚ ਮੁਕਾਬਲਾ ਸਟਾਰਟ ਕਰ ਦੇਣਾ ਇਸ ਕੈਟਾਗਰੀ 'ਚ ਐਂਟਰੀਆਂ ਵੈਸੇ ਥੋੜ੍ਹੀਆਂ ਹੁੰਦੀਆਂ ਦੋ ਦੰਦ ਪਹਿਲੀ ਪੋਜੀਸ਼ਨ ਘੋੜੇ ਦਾ ਨਾਮ ਹੈ ਜੀ ਰੁਸਤਮ ਤੇ ਮਾਲਕ ਹੈ ਸੰਦੀਪ ਸੇਖੋ ਪਿੰਡ ਆਲਮ ਵਾਲਾ ਸੰਦੀਪ ਭਾਈ ਦਾ ਜਨਮ ਦਿਨ ਵੀ ਹੈ ਸਭ ਤੋਂ ਵਧੀਆ ਗਿਫਟ ਨੂੰ ਘੋੜੇ ਨੇ ਦਿੱਤਾ ਸੇਖੋ ਦਾ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਜਨਮ ਦਿਨ ਦੀਆਂ ਕਾਰਾਂ ਦੇ ਨਾਲੇ ਘੋੜੇ ਦੀ ਜਿੱਤ ਦੀ ਸੰਦੀਪ ਭਾਈ ਮਤਲਬ ਜਿੱਤਣ ਦਾ ਘੋੜਿਆਂ ਦਾ ਸ਼ੋਅ ਹੋਣ ਲੱਗਿਆ ਇਹਨੇ ਇੱਕ ਕਰੋੜ ਕੁ ਰੁਪਈਏ ਦਾ ਨਾਮਾ ਦਾ ਕਰ ਲਿਆ ਹੋਣਾ ਸੰਦੀਪ ਭਾਈ ਕੈਸ਼ ਪ੍ਰਾਈਜ਼ ਦਾ ਤੇ ਹਰੇਕ ਸ਼ੋਅ ਦੇ ਵਿੱਚ ਇਹਦੇ ਤਿੰਨ ਚਾਰ ਜਾਂ ਪੰਜ ਛੇ ਘੋੜੇ ਜਿੱਤਦੇ ਆ ਜੀ ਵੱਖ ਵੱਖ ਪੋਜੀਸ਼ਨਾਂ 'ਤੇ ਆਉਂਦੇ ਆ ਤੇ ਸੰਦੀਪ ਭਾਈ ਨੂੰ ਬਹੁਤ ਮੁਬਾਰਕਾਂ ਘੋੜੇ ਦਾ ਨਾਮ ਰੁਸਤਮ ਹੈ ਜੀ ਇਹਦੇ ਕੋਲ ਕੋਈ ਗਿੱਦੜ ਚਿੱਠੀ ਹੈ ਇਹਨੂੰ ਪਤਾ ਲੱਗ ਜਾਂਦਾ ਵੀ ਇਹ ਘੋੜੇ ਜਿੱਤਣਗੇ ਪੁੱਛਦੇ ਸੰਦੀਪ ਨੂੰ ਵੀ ਇਹਨੂੰ ਪਹਿਲਾਂ ਕਿੰਨੀਆਂ ਘੋੜੀਆਂ ਚੈਂਪੀਅਨ ਸੰਦੀਪ ਸੇਖੋ ਸਾਹਿਬ ਇਹਨੂੰ ਬਿਨਾਂ ਹੋਰ ਕਿੰਨੀਆਂ ਘੋੜੀਆਂ ਤੁਹਾਡੇ ਕੋਲ ਚੈਂਪ ਰਹਿਗੀਆਂ ਇਹ ਤਾਂ ਪਤਾ ਹੀ ਨਹੀਂ ਸੰਦੀਪ ਭਾਈ ਨੇ ਕੈਸ਼ ਪ੍ਰਾਈਜ਼ ਸਾਡੀ ਸੋਸਾਇਟੀ